ਤੁਸੀਂ ਜਿਹੜੇ ਹੋ ਡੈਮੋਕ੍ਰੈਟ ਦੇ ਨਾਲ ਆਓ ਤੁਹਾਨੂੰ ਸੁਣਾਉਂਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਮੌਜੂਦਾ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਤੇ ਅੰਮ੍ਰਿਤਪਾਲ ਸਰਚ ਆਪਰੇਸ਼ਨ ਬਾਰੇ ਕੀ ਕਿਹਾ ਮਾਨ ਦੋਸਤੋ ਜਦ ਵੀ ਪੰਜਾਬ ਕਾ ਖਿਆਲ ਮਨ ਮੇ ਆਤਾ ਹੈ ਤੋ ਲਹਿਰਾਤੀ ਫਸਲੇ ਨਾਚਤੇ ਝੂਮਤੇ ਲੋਕ ਸ਼ੂਰਵੀਰੋਂ ਯੋਧਾਓਂ ਕੀ ਕੁਰਬਾਨੀ ਕੀ ਕਥਾਏ ਔਰ ਗੁਰਬਾਣੀ ਸਰਬੱਤ ਕਾ ਭਲਾ ਮੰਗਣੇ ਵਾਲੀ ਗੁਰੂਓਂ ਕੀ ਗੁਰਬਾਣੀ ਮਨ ਮੇ ਆਤੀ ਹੈ ਔਰ ਪੰਜਾਬ ਨੇ ਹਮੇਸ਼ਾ ਦੇਸ਼ ਕੋ ਲੀਡ ਕੀਆ ਹੈ ਪੰਜਾਬ ਨੇ ਕਿਸੀ ਵੀ ਸੰਕਟ ਕੇ ਮੌਕੇ ਦੇਸ਼ ਕੋ ਨੇਤ੍ਰਤਵ ਦਿਆ ਹੈ ਚਾਹੇ ਵੋ ਆਜ਼ਾਦੀ ਕਾ ਅੰਦੋਲਨ ਹੋ ਚਾਹੇ ਆਜ਼ਾਦੀ ਕੇ ਬਾਅਦ ਹਰੇ ਇਨਕਲਾਬ ਕੇ ਰੂਪ ਮੇਂ ਗ੍ਰੀਨ ਰੈਵੋਲੂਸ਼ਨ ਕੇ ਰੂਪ ਮੇਂ ਅੰਨ ਕੇ ਮਾਮਲੇ ਮੇਂ ਅਨਾਜ ਕੇ ਮਾਮਲੇ ਮੇਂ ਦੇਸ਼ ਕੋ ਆਤਮ ਨਿਰਭਰ ਕਰਨੇ ਕਾ ਇੱਕ ਟਾਸਕ ਹੋ ਤੋ ਪੰਜਾਬ ਨੇ ਹਮੇਸ਼ਾ ਲੀਡ ਕੀਆ ਹੈ ਔਰ ਪੰਜਾਬ ਕੇ ਲੋਕ ਹੱਸਣੇ ਖੇਲਣੇ ਕੇ ਲੀਏ ਖੁੱਲ੍ਹੇ ਦਿਲ ਕੇ ਲੀਏ ਔਰ ਦੂਸਰੋ ਕੀ ਮਦਦ ਕਰਨੇ ਕੇ ਲੀਏ ਜਾਣੇ ਜਾਤੇ ਹੈ ਲੇਕਿਨ ਅਗਰ ਪੰਜਾਬ ਕੇ ਲੋਗੋਂ ਕੇ ਆਪਸੀ ਭਾਈਚਾਰੇ ਪੰਜਾਬ ਕੇ ਲੋਗੋਂ ਕੀ ਅਮਨ ਸ਼ਾਂਤੀ ਔਰ ਪੰਜਾਬ ਕੇ ਲੋਗੋਂ ਕੀ ਆਪਸ ਮੇਂ ਪਿਆਰ ਪਰ ਕੋਈ ਬੁਰੀ ਨਜ਼ਰ ਡਾਲੇ ਤੋ ਪੰਜਾਬੀ ਕਿਸੇ ਵੀ ਹਾਲਤ ਮੇਂ ਇਹ ਬਰਦਾਸ਼ਤ ਨਹੀਂ ਕਰਦੇ ਇਤਿਹਾਸ ਗਵਾਹ ਹੈ ਜਿਸਨੇ ਵੀ ਪੰਜਾਬ ਕੇ ਸੋਸ਼ਲ ਭਾਈਚਾਰਕ ਸਾਂਝ ਕੋ ਜਿਸਨੇ ਵੀ ਪੰਜਾਬ ਕੀ ਅਮਨ ਸ਼ਾਂਤੀ ਕੋ ਤੋੜਨੇ ਕੀ ਰੱਤੀ ਭਰ ਵੀ ਕੋਸ਼ਿਸ਼ ਕੀ ਤੋ ਪੰਜਾਬੀਆਂ ਨੇ ਉਸਕਾ ਮੂੰਹ ਤੋੜਵਾਂ ਜਵਾਬ ਦਿਆ ਆਜ ਮੈਂ ਆਪਕੇ ਸਾਹਮਣੇ ਬੈਠਾ ਹੂੰ ਪਿਛਲੇ ਦਿਨੋਂ ਕੁਛ ਤੱਤਵ ਐਸੇ ਥੇ ਜੋ ਵਿਦੇਸ਼ੀ ਤਾਕਤੋਂ ਕੇ ਹੱਥ ਚੜਕਰ ਪੰਜਾਬ ਮੇਂ ਮਾਹੌਲ ਖਰਾਬ ਕਰਨੇ ਕੀ ਬਾਤੇਂ ਕਰ ਰਹੇ ਥੇ ਨਫ਼ਰਤ ਭਰੀ ਸਪੀਚ ਦੇ ਰਹੇ ਥੇ ਕੁਛ ਐਸੇ ਕਾਨੂੰਨ ਕੇ ਖਿਲਾਫ਼ ਬੋਲ ਰਹੇ ਥੇ ਤੋ ਉਨ ਪਰ ਕਾਰਵਾਈ ਕੀ ਗਈ ਹੈ ਔਰ ਉਸ ਕਾਰਵਾਈ ਕੇ ਦੌਰਾਨ ਵੋ ਸਭ ਲੋਕ ਪਕੜੇ ਗਏ ਹੈ ਔਰ ਉਨਕੋ ਸਖ਼ਤ ਸੇ ਸਖ਼ਤ ਸਜ਼ਾ ਦੀ ਜਾਏਗੀ ਕਿਉਂਕਿ ਆਮ ਆਦਮੀ ਪਾਰਟੀ ਇੱਕ ਕੱਟੜ ਦੇਸ਼ ਭਗਤ ਔਰ ਇਮਾਨਦਾਰ ਪਾਰਟੀ ਹੈ ਪੰਜਾਬ ਕਾ ਅਮਨ ਚੈਨ ਔਰ ਦੇਸ਼ ਕੀ ਤਰੱਕੀ ਹਮਾਰੀ ਪ੍ਰਾਥਮਿਕਤਾ ਹੈ ਔਰ ਕੋਈ ਵੀ ਐਸੀ ਤਾਕਤ ਜੋ ਦੇਸ਼ ਕੇ ਖਿਲਾਫ਼ ਪੰਜਾਬ ਮੇਂ ਪਨਪ ਰਹੀ ਹੋ ਉਸਕੋ ਹਮ ਬਖਸ਼ੇਂਗੇ ਨਹੀਂ ਕਿਉਂਕਿ ਲੋਗੋਂ ਨੇ ਭਾਰੀ ਬਹੁਮਤ ਦੇਕਰ ਹਮ ਪਰ ਬਹੁਤ ਬੜੀ ਜ਼ਿੰਮੇਦਾਰੀ ਦੀ ਹੈ ਦੂਸਰੋ ਕੇ ਬੇਟੋਂ ਕੋ ਯੇ ਕਹਿਣਾ ਕਿ ਆਈਏ ਹਮ ਯੇ ਕਰੇਂਗੇ ਹਮ ਯੇ ਗੈਰ ਕਾਨੂੰਨੀ ਕਾਮ ਕਰੇਂਗੇ ਆਪ ਹਮਾਰਾ ਸਾਥ ਦੀਜੀਏ ਬਹੁਤ ਆਸਾਨ ਹੈ ਮੁਝੇ ਬਹੁਤ ਲੋਗੋਂ ਕੇ ਫੋਨ ਆਏ ਬਹੁਤ ਪੇਰੈਂਟਸ ਕੇ ਫੋਨ ਆਏ ਮਾਤਾ ਪਿਤਾ ਕੇ ਫੋਨ ਆਏ ਕਿ ਜੀ ਆਪਣੇ ਬਹੁਤ ਅੱਛਾ ਕੀਆ ਪੰਜਾਬ ਮੇਂ ਅਮਨ ਔਰ ਸ਼ਾਂਤੀ ਰਹਿਣੀ ਚਾਹੀਏ ਇਸ ਮਾਮਲੇ ਮੇਂ ਹਮ ਆਪਕਾ ਸਾਥ ਦੇਂਗੇ ਕਿਉਂਕਿ ਹਮੇਂ ਡਰ ਥਾ ਕਿ ਸ਼ਾਇਦ ਹਮਾਰੇ ਬੱਚੇ ਵੋ ਗਲਤ ਬੁਰੀ ਸੰਗਤ ਮੇਂ ਨਾ ਪੜ ਜਾਏ ਜਬਕਿ ਸਰਕਾਰ ਵੋ ਆਈ ਹੈ ਜੋ ਬੱਚੋਂ ਕੋ ਪੜ੍ਹਾਨੇ ਕੀ ਸਕੂਲ ਔਫ ਐਮੀਨੈਂਸ ਕੀ ਬੱਚੋਂ ਕੋ ਤਰੱਕੀ ਔਰ ਰੋਜ਼ਗਾਰ ਦਿਲਵਾਨੇ ਕੀ ਬਾਤੇਂ ਕਰ ਰਹੀ ਹੈ ਤੋ ਹਮਾਰੇ ਲੀਏ ਪ੍ਰਾਥਮਿਕਤਾ ਕਿਤਾਬੇਂ ਹੈ ਹਮਾਰੇ ਲੀਏ ਪ੍ਰਾਥਮਿਕਤਾ ਲੈਪਟੋਪ ਔਰ ਕੰਪਿਊਟਰ ਹੈ ਹਮਾਰੇ ਲੀਏ ਪ੍ਰਾਥਮਿਕਤਾ ਕੋਈ ਗੈਰ ਸਮਾਜਿਕ ਹਥਿਆਰ ਨਹੀਂ ਹੈ ਤੋ ਮੈਂ 3 ਕਰੋੜ ਪੰਜਾਬੀਓਂ ਕਾ ਧੰਨਵਾਦ ਕਰਤਾ ਹੂੰ ਕਿ ਉਹਨੇ ਇਸ ਆਪਰੇਸ਼ਨ ਕੇ ਦੌਰਾਨ ਬਹੁਤ ਸਾਥ ਦਿਆ ਪੰਜਾਬ ਮੇਂ ਕਹੀਂ ਸੇ ਵੀ ਕੋਈ ਅਪ੍ਰਿਯ ਘਟਨਾ ਜਾਂ ਕੋਈ ਇੱਕ ਕੋਈ ਪੱਥਰ ਜਾਂ ਕੰਕਰ ਚੱਲਣੇ ਕੀ ਵੀ ਘਟਨਾ ਕੀ ਰਿਪੋਰਟ ਨਹੀਂ ਆਈ ਇਸਸੇ ਮੇਰਾ ਵੀ ਹੌਸਲਾ ਬੜਾ ਹੈ ਕਿ ਲੋਕ ਜੋ ਹੈ ਵੋ ਸ਼ਾਂਤੀ ਚਾਹਤੇ ਹੈ ਲੋਕ ਤਰੱਕੀ ਚਾਹਤੇ ਹੈ ਔਰ ਹਮਾਰੀ ਸਰਕਾਰ ਜੋ ਹੈ ਨਫ਼ਰਤ ਕੀ ਰਾਜਨੀਤੀ ਨਹੀਂ ਕਰਤੇ ਹਮ ਤੋ ਤਰੱਕੀ ਕੀ ਰਾਜਨੀਤੀ ਕਰਤੇ ਹੈ ਹਮ ਸਕੂਲੋਂ ਕੀ ਬਾਤ ਕਰਤੇ ਹੈ ਹਸਪਤਾਲੋਂ ਕੀ ਬਾਤ ਕਰਤੇ ਹੈ ਬਿਜਲੀ ਕੀ ਬਾਤ ਕਰਤੇ ਹੈ ਇਨਫਰਾਸਟ੍ਰਕਚਰ ਕੀ ਬਾਤੇਂ ਕਰਤੇ ਹੈ ਔਰ ਅਰਵਿੰਦ ਕੇਜਰੀਵਾਲ ਜੀ ਕੀ ਅਗਵਾਈ ਮੇਂ ਆਮ ਆਦਮੀ ਪਾਰਟੀ ਜੋ ਹੈ ਯੇ ਮੈਂ ਬਾਤ ਕਲੀਅਰ ਕਰ ਦੇਣਾ ਚਾਹਤਾ ਹੂੰ ਦੇਸ਼ ਵਾਸੀਓਂ ਕੋ 130 ਕਰੋੜ ਦੇਸ਼ ਵਾਸੀਓਂ ਕੋ ਕਿ ਅਰਵਿੰਦ ਕੇਜਰੀਵਾਲ ਜੀ ਕੀ ਅਗਵਾਈ ਮੇਂ ਹਮਾਰੀ ਪਾਰਟੀ 100% ਸੈਕੂਲਰ ਪਾਰਟੀ ਹੈ ਹਮ ਲੋਕ ਕਿਸੀ ਧਰਮ ਕੇ ਨਾਮ ਪਰ ਜਾਂ ਜਾਤੀ ਕੇ ਨਾਮ ਪਰ ਜਾਂ ਨਫ਼ਰਤ ਕੇ ਨਾਮ ਪਰ ਕਦੀ ਵੀ ਰਾਜਨੀਤੀ ਨਹੀਂ ਕਰਤੇ ਔਰ ਪੰਜਾਬ ਕੀ ਸ਼ਾਂਤੀ ਔਰ ਪੰਜਾਬ ਕੇ ਅਮਨ ਕੇ ਲੀਏ ਹਮ ਸਖ਼ਤ ਸੇ ਸਖ਼ਤ ਕਾਰਵਾਈ ਕਰੇਂਗੇ ਜੋ ਲੋਕ ਬੁਰੀ ਕੰਪਨੀ ਮੇਂ ਬੁਰੀ ਸੰਗਤ ਮੇਂ ਫਸ ਕੇ ਪੰਜਾਬ ਕਾ ਕੁਛ ਬੁਰਾ ਸੋਚਨੇ ਕਾ ਸਪਨਾ ਵੀ ਲੈ ਰਹੇ ਹੋਂਗੇ ਵੋ ਵੀ ਗਲਤ ਹੈ ਮੈਂ ਉਨਕੋ ਕਹਿਣਾ ਚਾਹਤਾ ਹੂੰ ਕਿ ਸਪਨਾ ਵੀ ਲੈਣਾ ਪੰਜਾਬ ਮੇਂ ਪੰਜਾਬ ਕੀ ਸ਼ਾਂਤੀ ਕੋ ਤੋੜਨੇ ਕਾ
ये आपकी गलतफहमी होगी। तो मैं एक बार फिर पूरी दुनिया में रहते पंजाबियों को भी आश्वासन दिलवाता हूँ कि मेरा खून का कतरा कतरा, मेरे दिल की एक एक धड़कन, मेरा एक एक सांस पंजाब के लिए धड़कता है, हाजिर है पंजाब के लिए मेरे खून का एक एक कतरा। और पंजाब जो है वो नंबर वन सूबा था और नंबर वन सूबा बनाएंगे, और पंजाब से लीड देश लेता था और लेता रहेगा। आज भी हमारे हज़ारों जवान जो हैं वो देश की आज़ादी को कायम रखने के लिए सरहदों पर अपनी अपना सीना तान के खड़े हैं, इस बात का हमें गर्व है। तो पंजाब की शांति को, पंजाब के पीस को, पंजाब की हारमोनी को अगर कोई टच भी करेगा, अगर कोई बिगाड़ने की सोचेगा भी, तो सख्त से सख्त कार्रवाई होगी, ये हमारा वादा है। और इसीलिए आपने हमें जिम्मेदारी दी है, उस जिम्मेदारी के आधार पर ही मैं कह रहा हूँ कि पंजाब के लोग बिल्कुल निश्चिंत रहें, पंजाब सेफ हाथों में है। आम आदमी पार्टी की सरकार जो है वो आपकी सुरक्षा का दायित्व उठाएगी और आपके बच्चों को पढ़ाएगी, बुज़ुर्गों को अच्छा इलाज देंगे और तरक्की के नए नए जो है मौके वो पंजाब में पैदा होंगे और पंजाब नंबर वन सूबा बनेगा। और देश हमारा, अगर पंजाब नंबर वन सूबा बनेगा तो देश पूरी दुनिया में नंबर वन देश बनेगा। इनकलाब जिंदाबाद, जय हिंद।